ਸਾਰਿਆਂ ਨੂੰ ਕਿਵੇਂ ਹੋ ਸਭ ਤੇ ਅੱਜ ਮੈਂ ਵਲੌਗ ਦੀ ਸਟਾਰਟਿੰਗ ਕਰ ਰਹੀ ਹਾਂ ਕਿਚਨ ਤੋਂ ਬਿਕੋਜ਼ ਅੱਜ ਸਾਡੀ ਅੰਗੇਜਮੈਂਟ ਐਨਵਰਸਰੀ ਆ ਅਤੇ ਮੈਂ ਅੰਗੇਜਮੈਂਟ ਗਿਫਟ ਸਿਮਰ ਨੂੰ ਦੋ ਤਿੰਨ ਦਿਨ ਪਹਿਲਾਂ ਦੇਤਾ ਸੀਗਾ ਪ੍ਰੋਕਸ ਅੱਜ ਮੈਂ ਕੁਛ ਸਪੈਸ਼ਲ ਕਰਨਾ ਚਾਹੁੰਦੀ ਹਾਂ ਸੋਚਿਆ ਕਿ ਮੈਂ ਉਹਨਾਂ ਦੀ ਖਾਤਰ ਥੋੜ੍ਹਾ ਜਿਹਾ ਡਿਫਰੈਂਟ ਕੁਛ ਬਣਾਵਾਂ ਲਾਈਕ ਇੱਕ ਮੇਰਾ ਕੇਕ ਬਣਾਉਣਾ ਇੱਕ ਉਹਨਾਂ ਦੇ ਫਰੈਂਚ ਫਰਾਈਜ਼ ਫੇਵਰੇਟ ਹੈ ਉਹ ਬਣਾਉਣੇ ਆ ਮੈਂ ਸਿਮਰ ਉੱਪਰ ਰੂਮ 'ਚ ਨੇ ਉਹਨਾਂ ਦੇ ਨੀਚੇ ਆਉਣ ਤੋਂ ਪਹਿਲਾਂ ਮੈਨੂੰ ਥੋੜ੍ਹੀ ਬਹੁਤ ਤਿਆਰੀ ਕਰਨੀ ਪੈਣੀ ਹੈ ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਬਿਲਕੁਲ ਵੀ ਮਾੜਾ ਮੋਟਾ ਵੀ ਕੁਛ ਸ਼ੱਕ ਹੋਵੇ ਕਿ ਮੈਂ ਕੁਛ ਬਣਾਉਣ ਲੱਗੀ ਹਾਂ ਉਹਨਾਂ ਲਈ ਸੋ ਫਸਟਲੀ ਮੈਂ ਤਿਆਰ ਕਰੂੰਗੀ ਫਰੈਂਚ ਫਰਾਈਜ਼ ਇਹਨਾਂ ਨੂੰ ਹੁਣ ਮੈਂ ਫਟਾਫਟ ਚੌਪ ਕਰ ਲੂੰਗੀ ਲਓ ਜੀ ਫਰੈਂਚ ਫਰਾਈਜ਼ ਆਪਣੇ ਹੁਣ ਫਾਈਨਲੀ ਚੌਪ ਹੋ ਗਏ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਸੈੱਟ ਹੋਣ ਲਈ ਰੱਖ ਦੂੰਗੀ ਪਾਣੀ ਦੇ ਵਿੱਚ ਉਹਨਾਂ ਟਾਈਮ ਮੈਂ ਕਰਦੀ ਹਾਂ ਕੇਕ ਦੀ ਪ੍ਰੈਪਰੇਸ਼ਨ ਸੋ ਫਰੈਂਚ ਫਰਾਈ ਮੈਂ ਪਾਣੀ ਦੇ ਵਿੱਚ ਰੱਖਣਾ ਦੈਨ ਉਹਨੂੰ ਬਣਾਵਾਂਗੇ ਜੇਕਰ ਤੁਹਾਨੂੰ ਵੀ ਫਰੈਂਚ ਫਰਾਈਜ਼ ਦੀ ਰੈਸਿਪੀ ਚਾਹੀਦੀ ਹੈ ਤਾਂ ਡੈਫੀਨੇਟਲੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਮੈਂ ਤੁਹਾਡੇ ਨਾਲ ਆਪਣੀ ਇਸ ਰੈਸਿਪੀ ਨੂੰ ਸ਼ੇਅਰ ਕਰ ਸਕਾਂ ਇੱਕ ਨਾ ਮੈਂ ਜਸਟ ਹੁਣੇ ਕਮੈਂਟ ਪੜ੍ਹ ਰਹੀ ਸੀਗੀ ਵੈਸੇ ਮੈਂ ਬਹੁਤ ਘੱਟ ਪੜ੍ਹਦੀ ਹੁੰਦੀ ਹਾਂ ਕਮੈਂਟ ਕਿਉਂਕਿ ਸਾਰਾ ਸਿਮਰੀ ਵੇਖਦੇ ਹੁੰਦੇ ਆ ਇੱਕ ਰਮਨਦੀਪ ਕੌਰ ਜੀ ਦਾ ਕਮੈਂਟ ਆਇਆ ਕਿ ਆਲ ਦਾ ਵਲੌਗਸ ਆਰ ਵੈਰੀ ਨਾਈਸ ਸੋ ਚਾਰਮਿੰਗ ਕਪਲ ਟੈਲ ਸਮਥਿੰਗ ਅਬਾਊਟ ਯੋਰ ਫੈਮਲੀ ਅਬਾਊਟ ਯੋਰ ਮੈਰਿਜ ਐਂਡ ਵਿਲੇਜ ਟੂ ਜੀ ਡੈਫੀਨੇਟਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਟ ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਪੈਣਾ ਸਾਡਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜਲਦੀ ਤੋਂ ਜਲਦੀ ਇਸ ਚੈਨਲ 'ਤੇ 1K ਸਬਸਕ੍ਰਾਈਬਰਸ ਕਰਵਾ ਦਿਓ ਆਪਾਂ Q&A ਰੱਖਾਂਗੇ ਅਤੇ ਉਹਦੇ ਵਿੱਚ ਤੁਸੀਂ ਆਪਦੇ ਸਾਰੇ ਮੀਨਸ ਕਿ ਤੁਹਾਡੇ ਸਾਰੇ ਕੁਐਸਚਨਸ ਦੇ ਅਸੀਂ ਆਨਸਰ ਜ਼ਰੂਰ ਦੇ ਹੁਣ ਕਰੇਂਗੇ ਕੁਰਲੀ ਹੈ ਕਿਵੇਂ ਕਰੇਗਾ ਠੀਕ ਹੈ ਨਬੂ ਨਬੂ ਕੀ ਬਣਾ ਰਹੇ ਦੱਸ ਤਾ ਦੇ ਫਿਰ ਮਾੜੀ ਜੀ ਦੱਸ ਨਹੀਂ ਰਹੀ ਕੁਛ ਬਣ ਰਿਹਾ ਬਿਕੋਜ਼ ਅੱਜ ਸਾਡੀ ਇੰਗੇਜਮੈਂਟ ਐਨਿਵਰਸਰੀ ਹੈ ਕੁਛ ਬਣਾ ਰਿਹਾ ਪਰ ਦੱਸਦਾ ਨੀ ਦੱਸੂਗਾ ਸ਼ਾਮ ਨੂੰ ਸ਼ਾਮ ਨੂੰ ਦੱਸੂਗਾ ਨਾ ਬਣਾ ਰਿਹਾ ਕੁਛ ਫਾਈਨਲੀ ਬਚ ਗਈ ਮੈਂ ਨਹੀਂ ਤਾਂ ਸਿਮਰ ਨੂੰ ਪਤਾ ਲੱਗ ਜਾਣਾ ਸੀਗਾ ਕਿ ਮੈਂ ਕੀ ਬਣਾ ਰਹੀ ਹਾਂ ਬਿਕੋਜ਼ ਉਹਨਾਂ ਨੂੰ ਫ੍ਰੈਗਨੈਂਸ ਤੋਂ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਕਿ ਮੈਂ ਕੇਕ ਬਣਾ ਰਹੀ ਹਾਂ ਬਟ ਮੈਂ ਲੁਕੋਤਾ ਸੀਗਾ ਵੈਸੇ ਪਾਪਾ ਵੀ ਸਾਰੀ ਕਿਚਨ 'ਚ ਲੱਭਦੇ ਫਿਰਦੇ ਸੀ ਕੀ ਬਣਿਆ ਕੀ ਬਣਿਆ ਉਰੇ ਆਓ ਜੀ ਅੰਦਰ ਆਓ ਅੰਦਰ ਆਓ ਕੀ ਹੋ ਗਿਆ ਹੌਲੀ 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 ਇੱਥੇ ਖੜ ਜਾਓ ਇੱਕ ਮਿੰਟ ਆਈਜ਼ ਕਲੋਜ਼ ਕਰਕੇ ਖੜ ਜਾਓ ਆਈਜ਼ ਕਲੋਜ਼ ਕਰਕੇ ਆਜੋ ਆ ਕਿਹੜੇ ਵੇਲੇ ਬਣਾ ਲਿਆ ਬਸ ਐਂ ਬਣਾ ਲਿਆ ਕਦੋਂ ਬਣਾਇਆ ਸੀ ਇਹ ਦਿਨੇ ਪਰ ਥੋੜੀ ਜਿਹੀ ਗੜਬੜੀ ਹੋ ਗਈ ਇਹਦੇ ਚ ਤਾਂ ਫ੍ਰੈਗਨੈਂਸ ਆਈ ਜਾਂਦੀ ਸੀ ਕਿ ਜਿਵੇਂ ਬੇਕਰੀ ਦੇ ਬਿਸਕੁਟ ਜੇ ਬਣੀ ਜਾਂਦੇ ਹੁੰਦੇ ਆ ਹਾਂ ਇਹਦੇ ਚ ਥੋੜੀ ਜਿਹੀ ਗੜਬੜੀ ਇਹ ਹੋ ਗਈ ਕਿ ਮੈਂ ਕਰੀਮ ਬਣਾਉਣੀ ਸੀਗੀ ਤੇ ਕਰੀਮ ਮੇਰੀ ਖਰਾਬ ਹੋ ਗਈ ਬਣੀ ਨਹੀਂ ਗਈ ਤੇ ਫਿਰ ਮੈਂ ਚਾਕਲੇਟ ਪਾ ਦਿੱਤਾ ਪਾਦੀ ਜੀ ਤੇ ਗੜਬੜੀ ਫਿਰ ਤਾਂ ਬੈਠੋ ਜੀ ਕੀ ਬੰਬਾ ਸਾਡੀ ਜੀ ਤੇ ਗੜਬੜੀ ਹੋਈ ਨੇ ਖਾਣ ਚਲੋ ਕਿ ਆਇਓ ਫਿਰ ਹੋ ਕਰੋ ਚੱਲੇ ਮੰਮੀ ਕਿਵੇਂ ਦਾ ਬਣ ਗਿਆ ਕੇਕ ਟਾਈਮ ਪਾਸ ਜਿਹਾ ਹੈਗਾ ਪਾਪਾ ਜੀ ਕਿਵੇਂ ਦਾ ਲੱਗਿਆ ਵਧੀਆ ਵੀਰੇ ਬਹੁਤ ਵਧੀਆ ਸਵਾਦ ਆ ਰਿਹਾ ਥੈਂਕ ਯੂ ਮੈਂ ਕਿਹਾ ਸਾਰੇ ਮੇਰਾ ਦਿਲ ਰੱਖਣ ਦੀ ਖਾਤਰ ਹੀ ਕਹੀ ਜਾਂਦੇ ਕਿ ਵਧੀਆ ਬਣ ਗਿਆ ਆਈ ਨੋ ਕੋਈ ਨਹੀਂ ਲੱਗਦਾ ਬਣਿਆ ਵਧੀਆ ਬਣਿਆ ਫਰੈਂਚ ਫਰਾਈਜ਼ ਦੀ ਬੈਸਟ ਸਾਡੀ ਅੱਜ ਦੀ ਛੋਟੀ ਜਿਹੀ ਸੈਲੀਬ੍ਰੇਸ਼ਨ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਈ ਤਾਂ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ